ਕਿਉਂ ਹੋ ਰਹੇ ਨੇ ਪੰਜਾਬ ਦੇ ਲੋਕ ਮਾਨਸਿਕ ਰੋਗ ਕੀ ਕਹਿੰਦੇ ਨੇ ਵੱਖ-ਵੱਖ ਮਾਹਿਰ ਆਓ ਦੱਸਦੇ ਹਾਂ ਤੁਹਾਨੂੰ ਪਿਛਲੇ 5 ਸਾਲਾਂ ਚ ਦੇਖਿਆ ਗਿਆ ਹੈ ਕਿ ਪੰਜਾਬ ਦੇ ਲੋਕ ਮਾਨਸਿਕ ਰੋਗ ਦਾ ਸ਼ਿਕਾਰ ਹੋ ਰਹੇ ਨੇ ਇਹ ਰੋਗ ਪੰਜਾਬੀਆਂ ਨੂੰ ਹੁਣ ਆਮ ਹੀ ਹੋਣ ਲੱਗ ਗਿਆ ਹੈ ਜੀ ਐਮ ਸੀ ਐਚ ਯਾਨੀ ਕਿ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਨੇ ਇੱਕ ਸਰਵੇ ਕਰਵਾਇਆ ਸੀ ਜਿਸ ਵਿੱਚ ਪੰਜਾਬ ਦਾ ਹਰ 8ਵਾਂ ਬੰਦਾ ਮਾਨਸਿਕ ਰੋਗੀ ਪਾਇਆ ਗਿਆ ਸੀ ਸਰਵੇ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਮਾਨਸਿਕ ਰੋਗਾਂ ਤੋਂ ਵੱਧ ਪੀੜਤ ਨੇ ਇਹ ਵੀ ਸਾਹਮਣੇ ਆਇਆ ਕਿ ਮਰਦ ਔਰਤਾਂ ਨਾਲੋਂ ਜ਼ਿਆਦਾ ਦੁਖੀ ਨੇ 18 ਤੋਂ 29 ਸਾਲ ਦੀ ਉਮਰ ਦੇ 12.77% ਦੀ 30 ਤੋਂ 39 ਸਾਲ ਦੀ ਉਮਰ ਦੇ 20.40% 40 ਤੋਂ 49 ਸਾਲ ਦੀ ਉਮਰ ਦੇ 16.58% ਪੰਜਾਹ ਤੋਂ 59 ਸਾਲ ਦੀ ਉਮਰ ਦੇ 20.94% ਤੇ 60 ਸਾਲ ਦੇ 24.51% ਲੋਕ ਮਾਨਸਿਕ ਰੋਗ ਤੋਂ ਪੀੜਤ ਨੇ ਉਮਰ ਦੇ ਨਾਲ ਰੋਗ ਵਧਣ ਦੇ ਪਿੱਛੇ ਕਈ ਕਾਰਨ ਨੇ ਪਹਿਲਾ ਜਦੋਂ ਉਹਨਾਂ ਵਿੱਚ ਬਿਮਾਰੀ ਦੇ ਲੱਛਣ ਹੁੰਦੇ ਨੇ ਤਾਂ ਲੋਕ ਸਮਝਦੇ ਨੇ ਕਿ ਉਮਰ ਵੱਧ ਰਹੀ ਹੈ ਅਤੇ ਇਸ ਉਮਰ ਦੇ ਵਿੱਚ ਅਜਿਹੇ ਲੱਛਣ ਹੋਣਾ ਆਮ ਜਈ ਗੱਲ ਹੈ ਦੂਜਾ ਇਸ ਉਮਰ ਦੇ ਵਿੱਚ ਸ਼ੂਗਰ ਸਟ੍ਰੋਕ ਅਤੇ ਦਿਲ ਦੇ ਰੋਗ ਵੀ ਆਮ ਨੇ ਇਸ ਕਰਕੇ ਮਾਨਸਿਕ ਰੋਗ ਲੱਗਣ ਦੀ ਸੰਭਾਵਨਾ ਵੀ ਕਿਤੇ ਵੱਧ ਜਾਂਦੀ ਹੈ ਇੱਕ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਨੋਰੋਗਾਂ ਦੇ ਇਲਾਜ ਦੇ ਵਿੱਚ ਬਹੁਤ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਅੰਦਾਜ਼ਨ ਗਿਣਤੀ 27.9 ਲੱਖ ਹੈ ਇਹਨਾਂ ਵਿੱਚੋਂ ਸਿਰਫ 4.38 ਲੱਖ ਲੋਕ ਹੀ ਇਲਾਜ ਕਰਵਾ ਸਕੇ ਨੇ ਪੰਜਾਬ ਵਿੱਚ ਸਿਰਫ 127 ਮਨੋਰੋਗ ਮਾਹਿਰ ਨੇ ਮਰੀਜ਼ ਬਿਮਾਰੀ ਦੇ 6 ਮਹੀਨਿਆਂ ਬਾਅਦ ਪਹਿਲਾ ਇਲਾਜ ਕਰਾਉਂਦੇ ਨੇ ਇਸ ਦਾ ਮੁੱਖ ਕਾਰਨ ਡਾਕਟਰਾਂ ਦੀ ਭਾਰੀ ਘਾਟ ਹੈ ਮੇਗਾ ਸੂਧ ਜੋ ਕਿ ਮਾਨਸਿਕ ਰੋਗੀਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹ ਕਹਿੰਦੇ ਨੇ ਕਿ ਉਹ ਉਸ ਮੁਹਿਮ ਦਾ ਹਿੱਸਾ ਨੇ ਜੋ ਸਮਾਜ ਤੋਂ ਦੁਰਵਿਹਾਰ ਕੀਤੇ ਲੋਕਾਂ ਦੀ ਮਦਦ ਕਰ ਰਹੀ ਹੈ ਉਹ ਚਾਹੁੰਦੀ ਹੈ ਕਿ ਮਾਨਸਿਕ ਤੌਰ ਤੇ ਅਪਾਹਜ ਲੋਕ ਦੇਸ਼ ਵਿੱਚ ਇੱਕ ਥਾਂ ਤੇ ਰਹਿਣ ਉਹਨਾਂ ਲਈ ਗਰੁੱਪ ਹਾਊਸਿੰਗ ਦਾ ਪ੍ਰਬੰਧ ਕੀਤਾ ਜਾਵੇ ਇਹ ਲੜਾਈ ਲੜਦਿਆਂ ਕਈ ਲੋਕ ਮਰ ਗਏ ਉਨ੍ਹਾਂ ਤੋਂ ਬਾਅਦ ਉਹਨਾਂ ਦੇ ਮਾਨਸਿਕ ਰੋਗੀ ਬੱਚੇ ਕਿੱਥੇ ਰਹਿਣਗੇ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਉਹ ਕਿਵੇਂ ਰਹਿਣਗੇ ਇਸ ਲਈ ਮੇਗਾਸੂਦ ਉਹਨਾਂ ਦਾ ਧਿਆਨ ਰੱਖ ਰਹੀ ਹੈ ਕਿਉਂਕਿ ਜਾਣਕਾਰੀ ਨਾਲ ਹੀ ਮਾਨਸਿਕ ਰੋਗੀਆਂ ਨੂੰ ਬਚਾਇਆ ਜਾ ਸਕਦਾ ਹੈ ਮਾਹੀ ਡਾਕਟਰ ਰਣਜੀਤ ਕੌਰ ਦਾ ਕਹਿਣਾ ਹੈ ਕਿ ਮਾਨਸਿਕ ਥਕਾਵਟ ਸਾਨੂੰ ਮਾਨਸਿਕ ਰੋਗੀ ਬਣਾ ਦਿੰਦੀ ਹੈ। ਕਈ ਵਾਰ ਪੜ੍ਹਾਈ ਜਾਂ ਕੰਮ ਦਾ ਬੋਝ, ਰਿਸ਼ਤਿਆਂ ਦੇ ਵਿੱਚ ਦਰਾਰ, ਕੈਰੀਅਰ ਦੀ ਚਿੰਤਾ ਸਾਨੂੰ ਤਣਾਅ ਦਿੰਦੀ ਹੈ ਤੇ ਜੇਕਰ ਇਹ ਤਣਾਅ ਲੰਬੇ ਸਮੇਂ ਤੱਕ ਰਹਿੰਦਾ ਹੈ ਤੇ ਇਹ ਉਦਾਸੀ 'ਚ ਬਦਲ ਜਾਂਦਾ ਹੈ। ਇਸ ਲਈ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਸਾਈਕੋਲੋজিস্ট ਜੋਤਿਕਾ ਕਹਿੰਦੇ ਨੇ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਕਈ ਪਰੇਸ਼ਾਨੀਆਂ ਨੇ। ਪਰ ਇਹ ਮਾਨਸਿਕ ਰੋਗ ਦਾ ਹਿੱਸਾ ਨਹੀਂ ਪਰ ਜੇਕਰ ਇਹ ਕਿਸੇ ਵੀ ਵਿਅਕਤੀ ਵੱਲੋਂ ਪਰੇਸ਼ਾਨੀਆਂ ਆਪਣੇ ਆਪ ਉੱਪਰ ਰੋਜ਼ ਹਾਵੀ ਹੋਣ ਦਿੱਤੀਆਂ ਜਾਣ ਤਾਂ ਉਹ ਮਾਨਸਿਕ ਰੋਗੀ ਬਣ ਸਕਦਾ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਰੋਗ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਪੰਜਾਬੀਆਂ ਨੂੰ ਬੇਫਿਕਰੇ ਐਸ਼ ਪ੍ਰਸਤ ਸਮਝਿਆ ਜਾਂਦਾ ਹੈ ਇਸ ਲਈ ਉਹ ਬਹੁਤੀ ਪਰਵਾਹ ਨਹੀਂ ਕਰਦੇ ਪਰ ਬਾਅਦ ਵਿੱਚ ਮਾਨਸਿਕ ਰੋਗ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਭਾਰਤ ਵਿੱਚ ਮਾਨਸਿਕ ਰੋਗੀਆਂ ਨੂੰ ਪਾਗਲ ਸਮਝਿਆ ਜਾਂਦਾ ਹੈ ਇਸ ਲਈ ਲੋਕ ਡਰਦੇ ਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਕਿਸੇ ਨਾਲ ਗੱਲ ਕਰਨ ਤੋਂ ਜਿਸ ਦੇ ਸਿੱਟੇ ਬਾਅਦ ਵਿੱਚ ਬਹੁਤ ਭਿਆਨਕ ਨਿਕਲਦੇ ਨੇ ਸਮਾਜ ਸੇਵੀ ਗੁਰਨਾਮ ਸਿੰਘ ਦੱਸਦੇ ਨੇ ਕਿ ਬੇਚੈਨੀ ਘੱਟ ਜਾਂ ਜ਼ਿਆਦਾ ਨੀਂਦ ਆਉਣਾ ਸਿਰਦਰਦ ਕੰਨਾਂ 'ਚ ਆਵਾਜ਼ ਆਉਣਾ ਯਾਦ ਆਸ਼ ਘਟਨਾ ਵਾਰ-ਵਾਰ ਹੱਥ ਤੋੜਨਾ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਘਬਰਾਉਣਾ ਗੁੱਸਾ ਵਧਣਾ ਚਿਰਚੜਾਪਨ ਵਧਣਾ ਭੁੱਲਣਾ ਆਦੀ ਮਾਨਸਿਕ ਰੋਗਾਂ ਦੀਆਂ ਨਿਸ਼ਾਨੀਆਂ ਨੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਆਮ ਵਿਅਕਤੀਆਂ ਵਾਂਗ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਨੇ ਸਥਿਤੀ ਬਹੁਤ ਗੰਭੀਰ ਹੈ ਇਸ ਉੱਪਰ ਸਹਿਜਤਾ ਤੇ ਗੱਲਬਾਤ ਰਾਹੀਂ ਹੀ ਕਾਬੂ ਪਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ